ਸੰਵਿਧਾਨ ਦੇ ਵਿੱਚ ਨਹੀਂ ਹੈ ਡਿਪਟੀ ਸੀਐਮ ਦਾ ਅਹੁਦਾ। ਆਖਿਰ ਸਰਕਾਰ ਵਿੱਚ ਕਿਵੇਂ ਨੰਬਰ 2 ਬਣ ਜਾਂਦਾ ਕੋਈ ਨੇਤਾ? ਸੁਣੋ ਪੂਰੀ ਹੈਰਾਨਕਾਰੀ ਰਿਪੋਰਟ। ਕੀ ਸੰਵਿਧਾਨ ਦੇ ਵਿੱਚ ਡਿਪਟੀ ਸੀਐਮ ਦਾ ਅਹੁਦਾ ਹੁੰਦਾ? ਸੰਵਿਧਾਨ ਦੀ ਧਾਰਾ 163 ਅਤੇ 164 ਦੇ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਨਾਲ ਸੰਬੰਧਿਤ ਵਿਵਸਥਾਵਾਂ ਹਨ। ਤਾਂ ਇਹ ਸਵਾਲ ਚੱਕੇ ਜਾ ਰਹੇ ਨੇ ਕਿ ਸੰਵਿਧਾਨ ਦੇ ਵਿੱਚ ਡਿਪਟੀ ਸੀਐਮ ਦਾ ਅਹੁਦਾ ਤਾਂ ਹੁੰਦਾ ਹੀ ਨਹੀਂ ਹੈ, ਤਾਂ ਫਿਰ ਕਿਵੇਂ ਕੋਈ 2 ਨੰਬਰ ਦੇ ਉੱਤੇ ਨੇਤਾ ਬਣ ਜਾਂਦਾ ਸਰਕਾਰ ਦੇ ਵਿੱਚ? ਇਹ ਪੂਰੀ ਰਿਪੋਰਟ ਜਿਹੜੀ ਹੈ ਉਹ ਤੁਹਾਨੂੰ ਕਾਫੀ ਜਿਹੜੀ ਹੈ ਗੱਲਾਂ ਦੇ ਜਵਾਬ ਦੇਵੇਗੀ। ਤਾਂ ਹੁਣ ਅਨੁਗ੍ਰਹਿ ਨਾਰਾਇਣ ਸੈਂਤਾ ਨੂੰ ਭਾਰਤ ਦਾ ਪਹਿਲਾ ਉਪ ਮੁੱਖ ਮੰਤਰੀ ਮੰਨਿਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਜਦੋਂ ਇਹ ਸਵਾਲ ਉੱਠਦਾ ਹੈ ਕਿ ਡਿਪਟੀ ਸੀਐਮ ਦਾ ਕੋਈ ਅਹੁਦਾ ਹੀ ਨਹੀਂ ਹੈ, ਤਾਂ ਉਦੋਂ ਕਿਹਾ ਜਾ ਰਿਹਾ ਕਿ ਆਰਟੀਕਲ 163(1) ਕਹਿੰਦਾ ਹੈ ਕਿ ਰਾਜਪਾਲ ਨੂੰ ਸਲਾਹ ਦੇਣ ਦੇ ਲਈ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਇੱਕ ਮੰਤਰੀ ਮੰਡਲ ਹੋਵੇਗਾ। ਇਸ ਦੇ ਵਿੱਚ ਵਿਵਸਥਾ ਹੈ ਕਿ ਮੁੱਖ ਮੰਤਰੀ ਦੀ ਨਿਯੁਕਤੀ ਜੋ ਹੈ ਉਹ ਰਾਜਪਾਲ ਦੁਆਰਾ ਕੀਤੀ ਜਾਵੇਗੀ ਅਤੇ ਮੰਤਰੀ ਮੰਡਲ ਦੀ ਨਿਯੁਕਤੀ ਵੀ ਮੁੱਖ ਮੰਤਰੀ ਦੀ ਸਲਾਹ ਦੇ ਉੱਤੇ ਰਾਜਪਾਲ ਦੁਆਰਾ ਕੀਤੀ ਜਾਵੇਗੀ। ਹਾਲਾਂਕਿ ਇਹਨਾਂ ਦੋਵਾਂ ਪੈਰਿਆਂ ਦੇ ਵਿੱਚ ਜਿਹੜਾ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਕੋਈ ਜ਼ਿਕਰ ਨਹੀਂ ਹੈ। ਡਿਪਟੀ ਸੀਐਮ ਦੇ ਅਹੁਦੇ ਨੂੰ ਸੂਬੇ ਦੇ ਵਿੱਚ ਕੈਬਨਿਟ ਮੰਤਰੀ ਦੇ ਬਰਾਬਰ ਸਮਝਿਆ ਜਾਂਦਾ ਹੈ ਤੇ ਡਿਪਟੀ ਸੀਐਮ ਨੂੰ ਵੀ ਉਹੀ ਤਨਖਾਹ ਅਤੇ ਸਹੂਲਤਾਂ ਮਿਲਦੀਆਂ ਹਨ ਜੋ ਇੱਕ ਕੈਬਨਿਟ ਮਿਨਿਸਟਰ ਨੂੰ ਮਿਲਦੀਆਂ ਨੇ। ਤਾਂ ਇਸੇ ਸਾਲ 22 ਫਰਵਰੀ ਨੂੰ ਸੁਪਰੀਮ ਕੋਰਟ ਨੇ ਡਿਪਟੀ ਸੀਐਮ ਦੀ ਨਿਯੁਕਤੀ ਦੇ ਉੱਤੇ ਫੈਸਲਾ ਸੁਣਾਇਆ ਸੀ। ਚੀਫ ਜਸਟਿਸ DY ਚੰਦਰਚੂੜ, ਜਸਟਿਸ JB ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਸੀ ਕਿ ਡਿਪਟੀ ਸੀਐਮ ਦਾ ਅਹੁਦਾ ਅਸੰਵਿਧਾਨਿਕ ਨਹੀਂ ਹੈ। ਦਰਅਸਲ ਸੁਪਰੀਮ ਕੋਰਟ ਦੇ ਵਿੱਚ ਡਿਪਟੀ ਸੀਐਮ ਦੀਆਂ ਨਿਯੁਕਤੀਆਂ ਨੂੰ ਅਸੰਵਿਧਾਨਿਕ ਦੱਸਦੇ ਹੋਏ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਹ ਪਟੀਸ਼ਨ ਪਬਲਿਕ ਪੋਲੀਟੀਕਲ ਦਾ ਜਿਹੜਾ ਨਾਂ ਦੀ ਸੰਸਥਾ ਨੇ ਦਾਇਰ ਕੀਤੀ ਸੀ ਅਤੇ ਉਸ ਨੇ ਸੁਪਰੀਮ ਕੋਰਟ ਤੋਂ ਡਿਪਟੀ ਸੀਐਮ ਦੀ ਨਿਯੁਕਤੀ ਦੇ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਤਾਂ ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੰਵਿਧਾਨ ਦੇ ਵਿੱਚ ਡਿਪਟੀ ਸੀਐਮ ਵਰਗਾ ਕੋਈ ਅਹੁਦਾ ਹੀ ਨਹੀਂ ਹੈ, ਇਹ ਸੰਵਿਧਾਨ ਦੀ ਧਾਰਾ 14 ਸਮਾਨਤਾ ਦਾ ਅਧਿਕਾਰ ਦੀ ਉਲੰਘਣਾ ਕਰਦਾ ਹੈ। ਤਾਂ ਜ਼ਿਆਦਾਤਰ ਗਠਜੋੜ ਸਰਕਾਰਾਂ ਦੇ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਸੀ। ਅਨੁਗ੍ਰਹਿ ਨਾਰਾਇਣ ਸਿਨਹਾ ਨੂੰ ਭਾਰਤ ਦਾ ਪਹਿਲਾ ਉਪ ਮੁੱਖ ਮੰਤਰੀ ਮੰਨਿਆ ਜਾਂਦਾ ਹੈ। ਅਨੁਗ੍ਰਹਿ ਨਾਰਾਇਣ ਸਿਨਹਾ ਆਜ਼ਾਦੀ ਤੋਂ ਬਾਅਦ ਜੁਲਾਈ 1957 ਤੱਕ ਬਿਹਾਰ ਦੇ ਉਪ ਮੁੱਖ ਮੰਤਰੀ ਜਿਹੜਾ ਰਹੇ ਨੇ, ਤਾਂ ਉਹਨਾਂ ਤੋਂ ਬਾਅਦ ਕਰਪੂਰੀ ਠਾਕੁਰ 1967 ਦੇ ਵਿੱਚ ਜਿਹੜਾ ਬਿਹਾਰ ਦੇ ਦੂਜੇ ਉਪ ਮੁੱਖ ਮੰਤਰੀ ਸਨ। ਤਾਂ 1967 ਤੋਂ ਬਾਅਦ ਜਦੋਂ ਕਾਂਗਰਸ ਥੋੜੀ ਕਮਜ਼ੋਰ ਹੋਣ ਲੱਗੀ ਤਾਂ ਕਈ ਸੂਬਿਆਂ ਦੇ ਵਿੱਚ ਡਿਪਟੀ ਸੀਐਮ ਬਣਾਏ ਗਏ। 1967 ਦੇ ਵਿੱਚ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਦੇ ਵਿੱਚ ਯੂਨਾਈਟਿਡ ਲੈਜਿਸਲੇਟਿਵ ਪਾਰਟੀ ਦੀ ਜਿਹੜੀ ਸਰਕਾਰ ਬਣੀ ਤਾਂ ਜਨ ਸੰਘ ਦੇ ਰਾਮ ਪ੍ਰਕਾਸ਼ ਗੁਪਤਾ ਡਿਪਟੀ ਸੀਐਮ ਬਣੇ। ਜਨ ਸੰਘ ਨੇਤਾ ਵਰਿੰਦਰ ਕੁਮਾਰ ਸਕਲੇਚਾ ਮੱਧ ਪ੍ਰਦੇਸ਼ ਦੇ ਪਹਿਲੇ ਉਪ ਮੁੱਖ ਮੰਤਰੀ ਬਣੇ ਸਨ। ਤਾਂ ਉਹ 1967 ਦੇ ਵਿੱਚ ਗੋਬਿੰਦ ਨਾਰਾਇਣ ਸਿੰਘ ਦੀ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਬਣੇ, ਜਦਕਿ ਹਰਿਆਣਾ ਦੇ ਪਹਿਲੇ ਉਪ ਮੁੱਖ ਮੰਤਰੀ ਚੌਧਰੀ ਚੰਦ ਰਾਮ ਸਨ। ਤਾਂ ਹੁਣ ਇੱਥੇ ਗੱਲ ਆਉਂਦੀ ਹੈ ਕਿ ਛੱਤੀਸਗੜ੍ਹ ਅਤੇ ਰਾਜਸਥਾਨ ਤੋਂ ਬਾਅਦ ਹੁਣ ਉੜੀਸਾ ਦੇ ਵਿੱਚ ਵੀ ਭਾਜਪਾ ਨੇ ਸਰਕਾਰ ਬਣਾਉਣ ਦਾ ਫਾਰਮੂਲਾ ਰਿਪੀਟ ਕੀਤਾ। 3 ਸੂਬਿਆਂ ਤੋਂ ਬਾਅਦ ਉੜੀਸਾ ਦੇ ਵਿੱਚ ਵੀ ਹੁਣ ਮੁੱਖ ਮੰਤਰੀ ਦੇ ਨਾਲ ਨਾਲ 2 ਉਪ ਮੁੱਖ ਮੰਤਰੀ ਹੋਣਗੇ। ਉੜੀਸਾ ਦੇ ਵਿੱਚ ਮੋਹਨ ਮਾਂਝੀ ਜਿਹੜਾ ਮੁੱਖ ਮੰਤਰੀ ਬਣੇ ਸਨ, ਤਾਂ ਹੁਣ ਜਦਕਿ
ਕੇਵੀ ਸਿੰਘ ਦੇਵ ਅਤੇ ਪ੍ਰਵਤੀ ਪਰੀਦਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਇਸ ਤੋਂ ਪਹਿਲਾਂ ਪਿਛਲੇ ਸਾਲ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਵਿੱਚ ਸਰਕਾਰਾਂ ਬਣੀਆਂ ਸਨ। ਭਾਜਪਾ ਨੇ 2-2 ਉਪ ਮੁੱਖ ਮੰਤਰੀ ਬਣਾਏ ਸਨ। ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਦੇ ਨਾਲ ਮਿਲ ਕੇ NDA ਦੀ ਸਰਕਾਰ ਬਣੀ ਤਾਂ 2 ਉਪ ਮੁੱਖ ਮੰਤਰੀ ਭਾਜਪਾ ਦੇ ਸਨ। ਮਹਾਰਾਸ਼ਟਰ ਦੇ ਵਿੱਚ ਵੀ ਅਜਿਹਾ ਹੀ ਹੈ ਅਤੇ 2-2 ਡਿਪਟੀ CM ਸਨ। ਤਾਂ ਆਂਧਰ ਪ੍ਰਦੇਸ਼ ਦੀ ਗੱਲ ਕਰੀਏ, ਉੱਥੇ ਵੀ ਚੰਦਰ ਬਾਬੂ ਨਾਇਡੂ ਦੀ ਸਰਕਾਰ ਦੇ ਵਿੱਚ ਜਨਸੈਨਾ ਪਾਰਟੀ ਦੇ ਚੀਫ ਪਵਨ ਕਲਿਆਣ ਡਿਪਟੀ CM ਬਣਾਏ ਗਏ ਹਨ। ਪਿਛਲੀ ਜਗਨ ਮੋਹਨ ਰੈਡੀ ਦੀ ਜਿਹੜੀ ਹੈ ਸਰਕਾਰ ਦੇ ਵਿੱਚ ਆਂਧਰ ਪ੍ਰਦੇਸ਼ ਦੇ ਵਿੱਚ 5 ਡਿਪਟੀ CM ਸਨ। ਤਾਂ ਇਸ ਸਮੇਂ ਦੇਸ਼ ਦੇ 14 ਸੂਬਿਆਂ ਦੇ ਵਿੱਚ 24 ਡਿਪਟੀ CM ਹਨ। 5 ਸੂਬਿਆਂ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਦੇ ਵਿੱਚ ਇੱਕ ਇੱਕ ਡਿਪਟੀ CM ਹੈ। ਤਾਂ ਬਾਕੀ ਬਚੇ 9 ਸੂਬੇ ਉਹ ਨੇ ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮੇਘਾਲਿਆ, ਨਾਗਾਲੈਂਡ, ਉੜੀਸਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ 2-2 ਡਿਪਟੀ CM ਹਨ। ਤਾਂ 15 ਡਿਪਟੀ CM ਭਾਜਪਾ, 3 ਕਾਂਗਰਸ ਅਤੇ 5 ਹੋਰ ਪਾਰਟੀਆਂ ਦੇ ਹਨ। ਤਾਂ ਹੁਣ ਇਸੇ ਸਾਲ ਜਿਹੜਾ ਕਿਹਾ ਗਿਆ ਕਿ 12 ਫਰਵਰੀ ਨੂੰ ਸੁਪਰੀਮ ਕੋਰਟ ਨੇ ਡਿਪਟੀ CM ਦੀ ਨਿਯੁਕਤੀ ਦੇ ਉੱਤੇ ਫੈਸਲਾ ਸੁਣਾਇਆ ਸੀ। ਤੇ ਹੁਣ ਜ਼ਿਆਦਾਤਰ ਜਿਹੜਾ ਕਿਹਾ ਜਾ ਰਿਹਾ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਸਰਕਾਰਾਂ ਦੇ ਵਿੱਚ ਹੁੰਦਾ ਸੀ ਤੇ ਡਿਪਟੀ CM ਦੀ ਤਰ੍ਹਾਂ ਭਾਰਤ ਦੇ ਵਿੱਚ ਕਈ ਨੇਤਾ ਡਿਪਟੀ PM ਵੀ ਰਹਿ ਚੁੱਕੇ ਹਨ। ਸਰਦਾਰ ਵੱਲਭ ਭਾਈ ਪਟੇਲ ਆਜ਼ਾਦੀ ਤੋਂ ਬਾਅਦ ਬਣੀ ਪਹਿਲੀ ਅੰਤਰਿਮ ਸਰਕਾਰ ਦੇ ਵਿੱਚ ਉਪ ਪ੍ਰਧਾਨ ਮੰਤਰੀ ਸਨ। ਉਸ ਸਰਕਾਰ ਦੇ ਵਿੱਚ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਉਹਨਾਂ ਤੋਂ ਬਾਅਦ ਮੋਰਾਰਜੀ ਦੇਸਾਈ, ਚਰਨ ਸਿੰਘ, ਦੇਵੀ ਲਾਲ ਅਤੇ ਲਾਲ ਕ੍ਰਿਸ਼ਨ ਅਡਵਾਨੀ ਵੀ ਉਪ ਪ੍ਰਧਾਨ ਮੰਤਰੀ ਬਣੇ। 1979 ਦੇ ਵਿੱਚ VP ਸਿੰਘ ਦੀ ਸਰਕਾਰ ਦੇ ਵਿੱਚ ਦੇਵੀ ਲਾਲ ਜਦੋਂ ਉਪ ਪ੍ਰਧਾਨ ਮੰਤਰੀ ਬਣੇ ਤਾਂ ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਆਧਾਰ ਦੇ ਉੱਤੇ ਚੁਣੌਤੀ ਦਿੱਤੀ ਗਈ ਸੀ ਕਿ ਉਹਨਾਂ ਦੇ ਜਿਹੜਾ ਉਹਨਾਂ ਨੇ ਸੰਵਿਧਾਨ ਅਨੁਸਾਰ ਸਹੁੰ ਨਹੀਂ ਚੁੱਕੀ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਦੇਵੀ ਲਾਲ ਦੀ ਨਿਯੁਕਤੀ ਨੂੰ ਬਰਕਰਾਰ ਰੱਖਿਆ ਅਤੇ ਇਹ ਵੀ ਫੈਸਲਾ ਸੁਣਾਇਆ ਕਿ ਉਹ ਕੈਬਨਿਟ ਦੇ ਹੋਰ ਮੈਂਬਰਾਂ ਵਾਂਗ ਮੰਤਰੀ ਹਨ।